ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਸੋ ਜੇ ਤੁਸੀਂ ਨਰਸਿੰਗ ਐਮਪੀਐਚਡਬਲਯੂ ਜਾਂ ਉਪਵੈਦ ਫਾਰਮਾਸਿਸਟ ਵਾਰਡ اٹੈਂਡੈਂਟ ਲੈਬ اٹੈਂਡੈਂਟ ਜਾਂ ਫਿਰ ਲੈਬ ਟੈਕਨੀਸ਼ੀਅਨ ਆਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਾਂ ਇਸ ਤਰ੍ਹਾਂ ਦਾ ਕੋਈ ਕੋਰਸ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਸੋ ਇਸ ਵੀਡੀਓ ਦਾ ਟੌਪਿਕ ਹੈ ਪਿਸ਼ਾਬ ਵਿੱਚ ਕੀ ਕੀ ਅਤੇ ਕਿੰਨੀ ਮਾਤਰਾ ਵਿੱਚ ਹੁੰਦਾ ਹੈ ਜਾਨਕਿ ਯੂਰਿਨ ਦੀ ਕੰਪੋਜੀਸ਼ਨ ਦੇ ਬਾਰੇ ਗੱਲ ਕਰਾਂਗੇ ਅਤੇ ਇਹ ਗੱਲ ਕਰਾਂਗੇ ਕਿ ਯੂਰਿਨ ਦੇ ਵਿੱਚ ਕਿਸੇ ਪਾਰਟਿਕੂਲਰ ਖਾਸ ਪਦਾਰਥ ਦੀ ਮਾਤਰਾ ਵਧੇ ਹੋਣਾ ਜਾਂ ਘਟੇ ਹੋਣਾ ਕਿਸ ਬਿਮਾਰੀ ਦੀ ਇੰਡੀਕੇਸ਼ਨ ਕਰਦਾ ਹੈ ਸੋ ਬਹੁਤ ਇੰਪੋਰਟੈਂਟ ਵੀਡੀਓ ਹੈ ਤੁਹਾਡੇ ਹਰ ਐਗਜ਼ਾਮ ਦੇ ਲਈ ਮੈਡੀਕਲ ਅਤੇ ਪੈਰਾਮੈਡੀਕਲ ਲਈ ਸੋ ਬਿਨਾਂ ਸਕਿਪ ਕੀਤੇ ਪੂਰੇ ਧਿਆਨ ਨਾਲ ਦੇਖੋ ਤੇ ਸੁਨੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਨਾਈਟ੍ਰੋਜਨਸ ਨਾਰਮਲ ਕੌਨਸਟਿਟੂਐਂਟ ਆਫ ਯੂਰਿਨ ਯੂਰਿਨ ਦੇ ਵਿੱਚ ਨਾਈਟ੍ਰੋਜਨ ਤੋਂ ਬਣੇ ਹੋਏ ਆਮ ਤੌਰ ਤੇ ਕਿਹੜੇ ਪਦਾਰਥ ਪ੍ਰੈਜ਼ੈਂਟ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਕਰੀਟੀਨ ਕ੍ਰੀਟਿਨਾਈਨ ਕਿਡਨੀ ਦੇ ਪੇਸ਼ੈਂਟ ਜਿਹੜੇ ਹੁੰਦੇ ਨੇ ਹਨਾ ਉਹਨਾਂ ਲਈ ਬਹੁਤ ਹੀ ਇੰਪੋਰਟੈਂਟ ਟੈਸਟ ਲਿਖਿਆ ਜਾਂਦਾ ਹੈ ਵੀ ਸਭ ਤੋਂ ਪਹਿਲਾਂ ਆਪਦਾ ਕ੍ਰੀਟਿਨਾਈਨ ਚੈੱਕ ਕਰਵਾ ਕੇ ਆਓ ਸੋ ਨਾਰਮਲ ਵੈਲਿਊ ਮੇਲ ਪੇਸ਼ੈਂਟ ਜਿਹੜੇ ਹੁੰਦੇ ਨੇ ਜਾਂ ਮਤਲਬ ਆਪਾਂ ਕਹਿ ਸਕਦੇ ਆ ਮੇਲ ਵਿਅਕਤੀ ਜਿਹੜੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ 1 ਤੋਂ ਲੈ ਕੇ 2 ਗ੍ਰਾਮ ਠੀਕ ਹੈ ਇਹ ਹੋਣਾ ਚਾਹੀਦਾਗਾ 1 ਤੋਂ ਲੈ ਕੇ 2 ਗ੍ਰਾਮ ਮਾਤਰਾ ਜਿਹੜੀ ਨਾਰਮਲ ਵੈਲਿਊ ਹੁੰਦੀ ਹੈ ਕ੍ਰੀਟਿਨਾਈਨ ਦੀ 24 ਆਰ ਯੂਰਿਨ ਸੈਂਪਲ ਦੇ ਵਿੱਚ ਮਤਲਬ 24 ਆਰ ਯਾਨੀ ਕਿ 24 ਘੰਟਿਆਂ ਦੇ ਯੂਰਿਨ ਸੈਂਪਲ ਨੂੰ ਇਕੱਠਾ ਕਰਕੇ ਜਦੋਂ ਉਸ ਦਾ ਟੈਸਟ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ 1 ਤੋਂ ਲੈ ਕੇ 2 ਗ੍ਰਾਮ ਜਿਹੜਾ ਹੈਗਾਗਾ ਮੇਲ ਦੇ ਵਿੱਚ ਤੇ 0.8 ਤੋਂ ਲੈ ਕੇ 1.8 ਗ੍ਰਾਮ ਇਹ ਹੋਣਾ ਚਾਹੀਦਾ ਫੀਮੇਲ ਦੇ ਵਿੱਚ ਇਹ ਨਾਰਮਲ ਵੈਲਿਊ ਹੁੰਦੀ ਹੈ ਕਰੀਟੀਨਾਈਨ ਦੀ ਠੀਕ ਹੈ ਜੀ ਤਾਂ ਹੁਣ ਇਹਦੀ ਕਲੀਨिकल ਇਮਪਲੀਕੇਸ਼ਨ ਮਤਲਬ ਇਸ ਨੂੰ ਕਰੀਟੀਨਾਈਨ ਨੂੰ ਚੈੱਕ ਕਰਕੇ ਕਲੀਨਿਕਲੀ ਕੀ ਕੀ ਬਿਮਾਰੀਆਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਕਰੀਟਨਾਈਨ ਦੀ ਵਧੀ ਹੋਈ ਮਾਤਰਾ ਯੂਰਿਨ ਦੇ ਵਿੱਚ ਇਹ ਇੰਡੀਕੇਸ਼ਨ ਕਰਦੀ ਹੈ ਕਿ ਕਿਸੇ ਪਰਟੀਕੂਲਰ ਉਸ ਵਿਅਕਤੀ ਨੂੰ ਇਨਫੈਕਸ਼ਨ ਦੇ ਚਾਂਸ ਨੇ ਮਤਲਬ ਉਸ ਦੇ ਅੰਦਰ ਸਕਰਮਨ ਹੈ ਯੂਰਿਨ ਦੀ ਇਨਫੈਕਸ਼ਨ ਹੈ ਇਸੇ ਤਰ੍ਹਾਂ ਵੈਲਿਊ ਡਿਕਰੀਸ ਇਨ ਦਾ ਐਨੀਮੀਆ ਜੇ ਪਰਸਨ ਨੂੰ ਐਨੀਮੀਆ ਹੈ ਐਨੀਮੀ ਤੋਂ ਪਾਵ ਹੁੰਦਾ ਹੈ ਐਚਬੀ ਦੀ ਕਮੀ ਹੋਣਾ ਜਣ ਕਿ ਹਿਮੋਗਲੋਬਿਨ ਦੀ ਕਮੀ ਹੋਣਾ ਜਦ ਆ ਫਿਰ ਕਿਡਨੀ ਦੀ ਡਿਜ਼ੀਜ਼ ਸਭ ਤੋਂ ਜ਼ਰੂਰੀ ਹੁੰਦਾ ਕਿਡਨੀ ਦੀ ਡਿਜ਼ੀਜ਼ ਦੇ ਲਈ ਕਰੀਟਿਨਿਨ ਟੈਸਟ ਕਰਵਾਉਣਾ ਠੀਕ ਹੈ ਤੇ ਉਸ ਤੋਂ ਬਾਅਦ ਮਸਕੂਲਰ ਐਟ੍ਰੋਫੀ ਐਟ੍ਰੋਫੀ ਤੋਂ ਭਾਵ ਹੁੰਦਾ ਹੈ ਮਸਲਸ ਦਾ ਮਾਸਪੇਸ਼ੀਆਂ ਦਾ ਡੈਮੇਜ ਹੋ ਜਾਣਾ ਡਿਸਟਰੋਏ ਹੋ ਜਾਣਾ ਸੋ ਇਹ ਬਿਮਾਰੀਆਂ ਵੱਲ ਇਸ਼ਾਰਾ ਕਰਦਾ ਹੈ ਕਰੀਟਿਨਿਨ ਦੀ ਵਧੀ ਹੋਈ ਮਾਤਰਾ ਯੂਰਿਨ ਦੇ ਵਿੱਚ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਯੂਰੀਆ ਦੀ ਸੈਕੰਡ ਮੇਜਰ ਕੰਪੋਨੈਂਟ ਹੁੰਦਾ ਹੈ 25 ਤੋਂ ਲੈ ਕੇ 35 ਗ੍ਰਾਮ 24 ਆਰ ਯੂਰਿਨ ਸੈਂਪਲ ਦੇ ਵਿੱਚ ਇਹਦੀ ਨਾਰਮਲ ਵੈਲਿਊ ਹੁੰਦੀ ਹੈ ਸੋ ਇਹਦੀ ਵੈਲਿਊ ਜੇ ਵਧੀ ਹੋਵੇ 25 ਤੋਂ ਲੈ ਕੇ 35 ਗ੍ਰਾਮ ਤੋਂ ਜਦੋਂ ਜ਼ਿਆਦਾ ਹੋਵੇ ਤਾਂ ਉਹ ਇੰਡੀਕੇਟ ਕਰਦੀ ਹੈ ਇਨਕਰੀਜ਼ ਇਨ ਦਾ ਇੰਪੇਅਰਡ ਰੀਨਲ ਫੰਕਸ਼ਨ ਮਤਲਬ ਗੁਰਦੇ ਜਿਹੜੇ ਹੈਗੇ ਨੇ ਉਹ ਵਿਅਕਤੀ ਦੇ ਕੰਮ ਕਰਨਾ ਮਤਲਬ ਕੰਮ ਕਰਨ ਦੇ ਵਿੱਚ ਸਮਰੱਥ ਨਹੀਂ ਰਹੇ ਠੀਕ ਹੈ ਤੇ ਨਾਲ ਹੀ ਇੱਥੇ ਹੈਗਾ ਕਿ ਵੀ ਹੋ ਸਕਦਾ ਉਸ ਵਿਅਕਤੀ ਨੇ ਪ੍ਰੋਟੀਨ ਦੀ ਡਾਈਟ ਜ਼ਿਆਦਾ ਲਈ ਹੋਵੇ ਤਾਂ ਪ੍ਰੋਟੀਨ ਜ਼ਿਆਦਾ ਲੈਣ ਨਾਲ ਵੀ ਯੂਰੀ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਤੀਸਰਾ ਜਿਹੜਾ ਕੰਪੋਨੈਂਟ ਹੈ ਮੇਨ ਉਹ ਆਪਾਂ ਗੱਲ ਕਰਾਂਗੇ ਹੁਣ ਯੂਰਿਕ ਐਸਿਡ ਦੇ ਬਾਰੇ ਤੁਸੀਂ ਆਮ ਤੌਰ ਤੇ ਸੁਣਿਆ ਹੋਵੇਗਾ ਗਠੀਆ ਦੀ ਬਿਮਾਰੀ ਜਦੋਂ ਹੁੰਦੀ ਹੈ ਕਿਸੇ ਵਿਅਕਤੀ ਨੂੰ ਤਾਂ ਯੂਰਿਕ ਐਸਿਡ ਚੈੱਕ ਕਰਾਉ ਨੂੰ ਕਿਹਾ ਜਾਂਦਾ ਹੈ ਤਾਂ 0.4 ਤੋਂ ਲੈ ਕੇ 1 ਗ੍ਰਾਮ ਦੀ ਮਾਤਰਾ ਇਹ ਨਾਰਮਲ ਹੁੰਦੀ ਹੈ 24 ਘੰਟਿਆਂ ਦੇ ਯੂਰੀਨ ਸੈਂਪਲ ਦੇ ਵਿੱਚ ਤਾਂ ਵੈਲਿਊ ਉਹਦੀ ਯੂਰਿਕ ਐਸਿਡ ਜੇਕਰ ਵਧੀ ਹੋਵੇ ਤਾਂ ਉਹ ਇੰਡੀਕੇਟ ਕਰਦੀ ਹੈ ਗਾਊਟ ਜਾਨਕਿ ਗਠੀਆ ਦੀ ਬਿਮਾਰੀ ਲੁਕੇਮੀਆ ਜਾਨਕਿ ਬਲੱਡ ਕੈਂਸਰ ਲੀਵਰ ਦੀਆਂ ਡਿਜ਼ੀਜ਼ਸ ਜਾਨਕਿ ਜਿਵੇਂ ਕਿ ਹੈਪਟਾਈਟਿਸ ਨੂੰ ਵੀ ਆਪ ਕਹਿ ਦਿੰਦੇ ਹਨ ਤਾਂ ਉਹਨੂੰ ਲੀਵਰ ਡਿਜ਼ੀਜ਼ ਬੋਲਦੇ ਨੇ ਸੋ ਇਸ ਤਰ੍ਹਾਂ ਵੈਲਿਊ ਡਿਕਰੀਸ ਇਨ ਦਾ ਕਿਡਨੀ ਡਿਜ਼ੀਜ਼ ਜੇ ਯੂਰਿਕ ਐਸਿਡ ਦੀ ਵੈਲਿਊ ਨਾਰਮਲ ਤੋਂ ਘੱਟ ਹੋਵੇ ਤਾਂ ਉਹ ਉਹ ਵੀ ਇਸ਼ਾਰਾ ਕਰਦੀ ਹੈ ਕਿ ਵਿਅਕਤੀ ਦੇ ਗੁਰਦਿਆਂ ਦੇ ਵਿੱਚ ਸਮੱਸਿਆ ਸ਼ੁਰੂ ਹੋ ਚੁੱਕੀ ਹੈ ਅਗਲਾ ਹੈ ਯੂਰੋਗਲੋਬੀਨੋਜਨ ਯੂਰੋਗਲੋਬੀਨੋਜਨ ਨਾਮ ਤੋਂ ਹੀ ਕਲੀਅਰ ਹੈ ਇੱਕ ਪ੍ਰੋਟੀਨ ਹੁੰਦੀ ਹੈ ਯੂਰਿਨ ਦੇ ਵਿੱਚ 0.32 ਲੈ ਕੇ 1 ਇਹਦੀ ਇੱਕ ਅਕਰਲਿਕ ਯੂਨਿਟ ਵੈਲਿਊ ਹੁੰਦੀ ਹੈ ਨਾਰਮਲ ਵੈਲਿਊ ਤਾਂ 2 ਘੰਟੇ ਦੇ ਸੈਂਪਲ ਦੇ ਵਿੱਚ ਇਹ ਦੇਖੀ ਜਾਂਦੀ ਹੈ ਸੋ ਇਥੇ ਤੁਹਾਨੂੰ ਇਕਾਰਲਿਕ ਯੂਨਿਟ ਦਾ ਵੀ ਪਤਾ ਹੋਣਾ ਚਾਹੀਦਾ ਕੀ ਹੁੰਦੀ ਹੈ ਤਾਂ ਇਕਾਰਲਿਕ ਯੂਨਿਟ ਹੁੰਦੀ ਹੈ 1 ਮਿਲੀਗ੍ਰਾਮ ਪਰ ਡੈਸੀਲੀਟਰ ਡੈਸੀਲੀਟਰ ਤੋਂ ਭਾਵ ਹੁੰਦਾ ਹੈ 100 ਐਮਐਲ ਮਤਲਬ 100 ਐਮਐਲ ਦੇ ਵਿੱਚ 1 ਮਿਲੀਗ੍ਰਾਮ ਨੂੰ 1 ਇਕਾਰਲਿਕ ਯੂਨਿਟ ਕਿਹਾ ਜਾਂਦਾ ਹੈ ਸੋ ਯੂਰੋਗਲੋਬੀਨੋਜਨ ਦੀ ਵਧੀ ਹੋਈ ਮਾਤਰਾ ਇੰਡੀਕੇਟ ਕਰਦੀ ਹੈ ਇਨਕਰੀਜ਼ ਇਨ ਦਾ ਐਨੀਮੀਆ ਠੀਕ ਹੈ ਵੈਲਿਊ ਇਨਕਰੀਜ਼ ਇਨ ਦਾ ਐਨੀਮੀਆ हेपेटाइटिस ए ਮਤਲਬ ਜੇ ਕਿਸੇ ਵਿਅਕਤੀ ਨੂੰ ਐਨੀਮੀਆ ਹੈ ਜਨ ਕਿ ਐਚਬੀ ਦੀ ਕਮੀ ਹੈ ਉਹਦੇ ਵਿੱਚ ਯੂਰੋਗਲੋਬੀਨ ਦੀ ਮਾਤਰਾ ਵਧਦਾ ਆਵੇਗੀ ਇਸੇ ਤਰ੍ਹਾਂ ਜੇ ਕਿਸੇ ਵਿਅਕਤੀ ਨੂੰ ਲੀਵਰ ਦੀ ਬਿਮਾਰੀ ਹੈ ਇਨਫਲੇਮੇਸ਼ਨ ਹੈ ਹੈਪੇਟਾਈਟਸ ਬਿਲੀਰੀ ਡਿਜ਼ੀਜ਼ ਹੈ ਇੰਟਰਸਟਾਈਨ ਦੀ ਪ੍ਰੋਬਲਮ ਸਿਰੋਸਿਸ ਹੈ ਲੀਵਰ ਫੈਟੀ ਲੀਵਰ ਨੂੰ ਸਿਰੋਸਿਸ ਕਿਹਾ ਜਾਂਦਾ ਹੈ ਜਾਂ ਫਿਰ ਵੈਲਿਊ ਅਗਰ ਡਿਕਰੀਜ਼ ਹੋਵੇ ਇਸ ਦੀ ਤਾਂ ਉਹ ਇੰਡੀਕੇਟ ਕਰਦੀ ਹੈ ਕੋਲੀਥੀਆਸਿਸ ਮਤਲਬ ਗੋਲ ਬਲੈਡਰ ਦੇ ਵਿੱਚ ਜੋ ਪਿੱਤੇ ਦੀ ਪਥਰੀ ਕਿਹਾ ਜਾਂਦਾ ਹੈ ਉਸ ਨੂੰ ਕੋਲੀਥੀਆਸਿਸ ਕਿਹਾ ਜਾਂਦਾ ਤਾਂ ਉਹਦੀ ਮਾਤਰਾ ਜਿਹੜੀ ਯੂਰੋਕਲੋਬੀਨੋਜਨ ਦੀ ਮਾਤਰਾ ਅਗਰ ਘਟੀ ਹੋਵੇ ਤਾਂ ਉਹ ਪਿੱਤੇ ਦੀ ਪਥਰੀ ਵੱਲ ਇਸ਼ਾਰਾ ਕਰਦੀ ਹੈ ਸੋ ਇਹ ਸਾਰੇ ਪ੍ਰੀਲੀਮਿਨਰੀ ਟੈਸਟ ਹੁੰਦੇ ਹਨ ਉਸ ਤੋਂ ਬਾਅਦ ਆਪਾਂ ਨੂੰ ਕਨਫਰਮੇਟਿਡ ਟੈਸਟ ਕਰਵਾਉਣੇ ਪੈਂਦੇ ਹਨ ਮਤਲਬ ਜਦੋਂ ਆਪਾਂ ਮੁੱਢਲੇ ਤੌਰ ਤੇ ਬਲੱਡ ਅਤੇ ਪਿਸ਼ਾਬਾਦੀ ਦੇ ਯੂਰਿਨ ਦੇ ਟੈਸਟ ਕਰਵਾਉਂਦੇ ਹਾਂ ਤਾਂ ਉਸ ਨੂੰ ਉਸ ਦੇ ਵਿੱਚ ਕਿਸੇ ਪਦਾਰਥ ਦੀ ਵਧੇ ਹੋਈ ਜਾਂ ਘਟੀ ਹੋਈ ਮਾਤਰਾ ਆਪਾਂ ਨੂੰ ਕੋਈ ਬਿਮਾਰੀ ਦਾ ਇਸ਼ਾਰਾ ਕਰਦੀ ਹੈ ਤਾਂ ਉਸ ਨੂੰ ਪ੍ਰੀਲੀਮਿਨਰੀ ਟੈਸਟ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਇਹ ਕਨਫਰਮ ਕਰਨਾ ਪਤਾ ਲਗਾਉਣਾ ਕਿ ਐਕਚੁਅਲ ਦੇ ਵਿੱਚ ਉਹੀ ਬਿਮਾਰੀ ਹੈ ਜਾਂ ਨਹੀਂ ਹੈ ਉਹਦੇ ਲਈ ਕਨਫਰਮੇਟਰੀ ਟੈਸਟ ਕਰਵਾਏ ਜਾਂਦੇ ਹਨ ਸੋ ਹੁਣ ਤੱਕ ਆਪਾਂ ਇਹ ਚਾਰ ਮੇਜਰ ਕੰਪੋਨੈਂਟ ਪੜੇ ਨੇ ਜਿਹੜੇ ਯੂਰਿਨ ਦੇ ਵਿੱਚ ਹੁੰਦੇ ਨੇ ਠੀਕ ਹੈ ਜੀ ਇਹਨੂੰ ਆਪਾਂ ਕਹਿੰਦੇ ਨੋਰਮਲ ਕੌਸਟਿਚੁਐਂਟ ਵੀ ਨਾਰਮਲੀ ਹੁੰਦੇ ਨੇ ਤੇ ਹੁਣ ਆਪਾਂ ਪੜਾਂਗੇ ਐਬਨਾਰਮਲ ਜਿਹੜੇ ਯੂਰਿਨ ਚ ਹੋਣੇ ਨਹੀਂ ਚਾਹੀਦੇ ਪਰ ਉਹ ਅਗਰ ਮੌਜੂਦ ਹੋਣ ਤਾਂ ਉਸ ਨੂੰ ਐਬਨਾਰਮਲ ਨਾਈਟ੍ਰੋਜਨਸ ਕੌਨਸਟਿਟੂਐਂਟ ਆਫ ਦਾ ਯੂਰਿਨ ਕਿਹਾ ਜਾਂਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਬਲੱਡ ਤਾਂ ਯੂਰਿਨ ਦੇ ਵਿੱਚ ਬਲੱਡ ਬਿਲਕੁਲ ਵੀ ਨਹੀਂ ਆਉਣਾ ਚਾਹੀਦਾ ਪ੍ਰੈਜ਼ੈਂਸ ਇਨ ਦਾ ਰੀਨਲ ਡਿਜ਼ੀਜ਼ ਮਤਲਬ ਜੇ ਯੂਰਿਨ ਪ੍ਰੈਜ਼ੈਂਟ ਯੂਰਿਨ ਦੇ ਵਿੱਚ ਬਲੱਡ ਪ੍ਰੈਜ਼ੈਂਟ ਹੋਵੇ ਜਾਨੀ ਕਿ ਪਿਸ਼ਾਬ ਦੇ ਵਿੱਚ ਖੂਨ ਦੀ ਮਾਤਰਾ ਹੋਵੇ ਤਾਂ ਉਹ ਇੰਡੀਕੇਟ ਕਰਦੀ ਕਰਦੀ ਹੈ ਕਿ ਤੁਹਾਨੂੰ ਗੁਰਦਿਆਂ ਦੀ ਬਿਮਾਰੀ ਹੈ ਉਸ ਵਿਅਕਤੀ ਨੂੰ ਗੁਰਦਿਆਂ ਦੀ ਪ੍ਰੋਬਲਮ ਸਵियर ਹੈ ਗੰਭੀਰ ਰੋਗ ਹੋ ਚੁੱਕਿਆ ਹੈ ਜਾਂ ਫਿਰ ਕੋਈ ਅੰਦਰ ਇੰਟਰਨਲ ਬਲੀਡਿੰਗ ਹੋ ਚੁੱਕੀ ਹੈ ਠੀਕ ਹੈ ਜਾਂ ਫਿਰ ਬਰਨਸ ਨੇ ਇਸੇ ਪ੍ਰਕਾਰ ਦੇ ਹਿਮੋਲਿਟਿਕ ਜਾਨੀ ਕਿ ਆਰਬੀਸੀ ਟੁੱਟ ਰਹੇ ਨੇ ਜਾਂ ਫਿਰ ट्रांसफ्यूजनल रिएक्शन ਜਦੋਂ ਕਿਸੇ ਨੂੰ ਕਿਸੇ ਦਾ ਬਲੱਡ ਲਗਾਇਆ ਜਾਂਦਾ ਹੈ ਤਾਂ ਉਸ ਨੂੰ ট্রান্সਫਿਊਜ਼ਨ ਰਿਐਕਸ਼ਨ ਕਿਹਾ ਜਾਂਦਾ ਜਦੋਂ ਦੋ ਵਿਅਕਤੀਆਂ ਦਾ ਬਲੱਡ ਆਪਸ ਚ ਰਿਐਕਟ ਕਰ ਜਾਵੇ ਇਸ ਤੋਂ ਬਾਅਦ ਆਉਂਦਾ ਹੈ ਬਿਲੀਰੂਬਿਨ ਤਾਂ ਬਿਲੀਰੂਬਿਨ ਨਾਰਮਲ ਤੌਰ ਤੇ ਆਪਣੇ ਯੂਰਿਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਅਗਰ ਯੂਰਿਨ ਦੇ ਵਿੱਚ ਇਹਦੀ ਕਿਸੇ ਵੀ ਪ੍ਰਕਾਰ ਦੀ ਮਾਤਰਾ ਦਿਖਦੀ ਹੈ ਤਾਂ ਉਹ ਇੰਡੀਕੇਟ ਕਰਦੀ ਹੈ ਨੰਬਰ 1 ਇਹ ਇੰਡੀਕੇਟ ਕਰਦਾ ਹੈ ਲਿਵਰ ਡਿਜ਼ੀਜ਼ ਤੇ ਨੰਬਰ 2 ਇੰਡੀਕੇਟ ਕਰਦਾ ਹੈ ਬਿਲੀਰੀ ਡਿਜ਼ੀਜ਼ ਤਾਂ ਬਿਲੀਰੀ ਡਿਜ਼ੀਜ਼ ਮੈਂ ਆਈ ਥਿੰਕ ਗਲਤੀ ਨਾਲ ਪਹਿਲੇ ਇੰਟਰਸਟਾਈਨ ਬੋਲ ਗਿਆ ਸੀ ਇਸ ਵੀਡੀਓ ਦੇ ਵਿੱਚ ਬਿੱਲੀ ਦਾ ਭਾਵ ਹੁੰਦਾ ਬਾਈਲ ਡਕਟ ਦਾ ਡਿਸਟਰੋਏ ਹੋਣਾ ਬਾਈਲ ਡਕਟ ਕੀ ਹੁੰਦੀ ਹੈ ਲਿਵਰ ਦੇ ਵਿੱਚ ਜੋ ਬਾਈਲ ਜੂਸ ਪੈਦਾ ਹੁੰਦਾ ਹੈ ਉਸ ਨੂੰ ਪਿੱਤੇ ਵੱਲ ਲੈ ਕੇ ਜਾਣ ਵਾਲੀ ਡਕਟ ਨੂੰ ਬਾਈਲ ਡਕਟ ਕਿਹਾ ਜਾਂਦਾ ਹੈ ਤਾਂ ਉਸ ਦੇ ਡੈਮੇਜ ਹੋਣ ਨੂੰ ਬਿਲੀਰੀ ਡਿਜ਼ੀਜ਼ ਕਿਹਾ ਜਾਂਦਾ ਹੈ ਸੋ ਇਸੇ ਤਰ੍ਹਾਂ ਤੀਸਰਾ ਜੋ ਐਬਨਾਰਮਲ ਕੰਪੋਨੈਂਟ ਹੁੰਦਾ ਹੈ ਯੂਰਿਨ ਦੇ ਵਿੱਚ ਹੁੰਦਾ ਹੈ ਪ੍ਰੋਟੀਨਸ ਮਤਲਬ ਯੂਰਿਨ ਦੇ ਵਿੱਚ ਪ੍ਰੋਟੀਨਸ ਨਹੀਂ ਆਉਣੀਆਂ ਚਾਹੀਦੀਆਂ ਪਰ ਜੇ ਯੂਰਿਨ ਦੇ ਵਿੱਚ ਪ੍ਰੋਟੀਨਸ ਆ ਰਹੀਆਂ ਨੇ ਤਾਂ ਉਹ ਇੰਡੀਕੇਟ ਕਰਦੀ ਹੈ 네ਫਰਾਈਟਸ ਜਾਨਕਿ ਗੁਰਦਿਆਂ ਦੀ ਸੋਚ ਗੁਰਦਿਆਂ ਦੀ ਇਨਫਲਮੇਸ਼ਨ ਫੀਵਰ ਐਨੀਮੀਆ ਜਾਨਕਿ ਐਚਬੀ ਦੀ ਕਮੀ ਅਤੇ ਟਰਾਮਾ ਟਰਾਮਾ ਤੋਂ ਭਾਵ ਹੁੰਦਾ ਹੈ ਕੋਈ ਗੰਭੀਰ ਸੱਟ ਸੋ ਇਸ ਵੀਡੀਓ ਵਿੱਚ ਆਪਾਂ ਕੀਤਾ ਹੈ ਯੂਰਿਨ ਦੇ ਵਿੱਚ ਨਾਰਮਲ ਅਤੇ ਐਬਨਾਰਮਲ ਜਾਨਕਿ ਸਧਾਰਨ ਅਤੇ ਅਸਾਧਾਰਨ ਕੰਪੋਨੈਂਟ ਕਿਹੜੇ-ਕਿਹੜੇ ਹੁੰਦੇ ਨੇ ਤੇ ਉਹਨਾਂ ਦੀ ਮਾਤਰਾ ਆਪਾਂ ਨੂੰ ਕਿਹੜੀ-ਕਿਹੜੀ ਬਿਮਾਰੀ ਦਾ ਇਸ਼ਾਰਾ ਕਰਦੀ ਹੈ ਤੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਵੇਗਾ ਸੋ ਇਹ ਇੱਕ ਮਾਤਰਾ ਚੈਨਲ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਜੋ ਤੁਹਾਨੂੰ ਕਿਸੇ ਵੀ ਮੈਡੀਕਲ ਅਤੇ ਪੈਰਾਮੈਡੀਕਲ ਦੇ ਟੌਪਿਕ ਨੂੰ ਪੰਜਾਬੀ ਵਿੱਚ ਪੜ੍ਹਾਉਣ ਦੀ ਸਮਰੱਥਾ ਰੱਖਦਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਬਾਕੀ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਜੁੜੋ ਤਾਂ ਕਿ ਤੁਹਾਡੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਵਿੱਚ ਅੱچھے ਨੰਬਰ ਆ ਸਕਣ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ